ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਕੁੱਤੇ ਖਾੜੀ ਦੇ ਵਿੱਚ। ਗੱਲ ਸ਼ੁਰੂ ਕਰਦੇ ਆ ਐਤਵਾਰ ਤੋਂ, ਪਿਛਲੇ ਐਤਵਾਰ ਤੋਂ ਇੰਡੀਆ ਪਾਕਿਸਤਾਨ ਦਾ ਮੈਚ ਸੀ। ਕਿਹਨੇ ਕਿਹਨੇ ਵੇਖਿਆ? ਚਾਸ ਆ ਗਈ ਵੈਸੇ ਮੈਚ ਵੇਖਣ ਦੀ। वाह क्या छक्का है। वेल डन पांडे जी, वेल डन। हम करते हैं प्रबंध, आप चिंता मत करें। नहीं नहीं पांडे साहब, तुसी नहीं को प्रबंध करना, तुसी मैच जिता छड़े है, प्रबंध असी करांगे तोड़े वास्ते। असी गाना तैयार किया है, लाओ भी मुंडियो गाना पांडे साहब वास्ते। चौंदा चौंदा बंद करो हाथ जोड़ के। मैं मोदी साहब ਦੇ ਕੋ ਨਹੀਂ ਨਹੀਂ ਮੋਦੀ ਨੂੰ ਦੱਸਣਾ, ਮੋਦੀ ਨੂੰ ਦੱਸਣਾ ਪੰਡੇ ਜੀ। ਮੈਂ ਤੇ ਵੈਸੇ ਤੁਹਾਨੂੰ ਗਾਣਾ ਸਰਪ੍ਰਾਈਜ਼ ਡੈਡੀਕੇਟ ਕੀਤਾ, ਮੈਂ ਕਿਹਾ ਸ਼ਾਇਦ ਤੁਹਾਨੂੰ ਬਹੁਤ ਪਸੰਦ ਆਵੇ ਗਾਣਾ, ਇੰਨਾ ਸੋਹਣਾ ਸੀ। ਪਰ ਸੋਰੀ, ਆਈ ਐਮ ਸੋਰੀ, ਮੈਨੂੰ ਨਹੀਂ ਸੀ ਪਤਾ ਤੁਹਾਨੂੰ ਬਹੁਤ ਭੈੜਾ ਲੱਗਣਾ। ਚਲੋ ਛੱਡੋ ਇਹ ਗੱਲਾਂ। ਸੇਖੋ ਸਾਹਿਬ ਤੁਸੀਂ ਕੀ ਕਹਿ ਰਹੇ ਸੀ, ਤੁਹਾਡੀ ਕੋਈ ਗੱਲ ਨਹੀਂ ਸੁਣਦਾ? ਮੈਨੂੰ ਨਾਂ ਵਿਖਾਉਣ ਦੇ ਪੈਸੇ ਲਏ ਆ, ਮੈਨੂੰ ਨਾਂ ਵਿਖਾਉਣ ਦੇ ਪੈਸੇ ਲਏ ਆ, ਠੀਕ ਹੈ। ਹਾਂ ਜੀ, ਕੀ ਕਹਿ ਰਹੇ ਹੋ, ਕਿਹੜੇ ਚੈਨਲ ਦੇ ਪੈਸੇ ਲਏ ਨੇ? ਮੈਂ ਚੈਨਲਾਂ ਦੇ ਨਾਮ ਲੈ ਕੇ ਕਹਿਣਾ ਸ਼ੁਰੂ ਕਰ ਦਿੱਤਾ। ਆ ਸਹੀ ਕੀਤਾ ਸੇਖੋ ਸਾਹਿਬ, ਜਿਹੜਾ ਤੁਸੀਂ ਨਾ ਚੈਨਲਾਂ ਦੇ ਨਾਮ ਲੈ ਲਿਆ ਕਿ ਅੱਜ ਤੋਂ ਬਾਅਦ ਗੱਲ ਕਰਨੀ ਸ਼ੁਰੂ ਕਰ ਦਿੱਤੀ ਨਾ। ਵੈਸੇ ਕਿਹੜੇ ਕਿਹੜੇ ਚੈਨਲ ਜਿਹਨੇ ਪੈਸੇ ਲਏ ਨੇ? ਆ ਜਿਹੜੇ ਆਨ ਏਅਰ ਵਾਲੇ ਹੈਗੇ ਆ, ਜਿਹੜਾ ਯਾਦਵਿੰਦਰ ਕਰਫਿਊ ਬਣਾ ਕੇ ਬੈਠਾ ਪ੍ਰੋ ਪੰਜਾਬ, ਠੀਕ ਹੈ। ਮੈਂ ਦੋਸਤੋਂ ਕੇ ਲਈ ਕੰਮ ਕਰਤਾ। ਅੰਨੀ ਦਿਆ, ਜਨਤਾ ਵਾਸਤੇ ਵੀ ਕੰਮ ਕਰ ਲਿਆ ਕਰ, ਪੰਜਾਬ ਵਾਸਤੇ ਵੀ ਕੰਮ ਕਰ ਲਿਆ ਕਰ। ਕੱਲ ਇਹਨਾਂ ਨੇ ਖਬਰ ਚਲਾਈ ਪ੍ਰੋ ਪੰਜਾਬ ਨੇ, ਮਾਨਸਾ ਹਾਈ ਕੋਰਟ ਨੇ ਸਿੱਧੂ ਮੂਸੇਵਾਲੇ ਦਾ ਗੀਤ ਬੈਨ ਕਰਤਾ ਦਾ ਜਿਹੜਾ ਆਣਾ ਵੇ, ਉਹਦੇ ਮਾਂ ਪਿਓ ਦੀ ਮਨਜ਼ੂਰੀ ਤੋਂ ਬਗੈਰ ਉਹ ਗੀਤ ਜਾਂਦੀ ਵਾਰੀ ਰਿਲੀਜ਼ ਨਹੀਂ ਹੋ ਸਕਦਾ। ਜਿਹਨੇ ਗੀਤ ਬਣਾਇਆ ਨਾ ਜਾਂਦੀ ਵਾਰੀ, ਉਹਦੀ ਇੰਟਰਵਿਊ ਪ੍ਰੋ ਪੰਜਾਬ 'ਤੇ ਚੱਲ ਰਹੀ ਸੀ। ਆਹ ਵੇਖਿਓ ਉਹਦੀ ਇੰਟਰਵਿਊ ਮੁੰਡੇ ਦੀ ਸਲੀਮ ਸੁਲੇਮਾਨ ਦੀ, ਇਹ ਵੇਖਿਓ। ਉਹ ਹਿੰਦੀ 'ਚ ਬੋਲ ਰਿਹਾ ਅਤੇ ਇਹਨਾਂ ਨੇ ਪੰਜਾਬੀ 'ਚ ਥੱਲੇ ਨੇ ਤਰਜਮਾ ਕੀਤਾ ਉਹਦਾ। ਹੁਣ ਇਹਦੀ ਪੰਜਾਬੀ ਵੇਖਿਓ, ਪ੍ਰੋ ਪੰਜਾਬ ਵਾਲੇ ਜਿਹੜੇ ਤਰਜਮਾ ਕਰ ਰਹੇ ਨਾ ਹਿੰਦੀ ਤੋਂ ਪੰਜਾਬੀ, ਪੜ੍ਹਿਓ ਥੱਲੇ, ਪੜ੍ਹਿਓ ਸਤਿ ਸ਼੍ਰੀ ਅਕਾਲ, ਪੜ੍ਹੋ ਅੱਗੇ ਪੜ੍ਹੋ। ਮੈਂ ਤਾਂ ਸਤਿ ਸ਼੍ਰੀ ਅਕਾਲ ਵੀ ਗਲਤ ਹੈ, ਅੱਗੇ ਪੜ੍ਹੋ। ਮੈਂ 3 ਦਿਨ ਪਹਿਲਾਂ ਐਲਾਨ ਕੀਤਾ, ਕੀਤੇ ਤਾਂ ਸਪੈਲਿੰਗ ਦੇਖ। ਯਾਦਵਿੰਦਰ ਸਾਹਿਬ ਅੱਖਾਂ ਖੋਲੋ, ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਅਤੇ ਚੈਨਲ ਦਾ ਨਾਂ ਹੈ ਪ੍ਰੋ ਪੰਜਾਬ। ਕੀਤੇ ਦੀ ਸਪੈਲਿੰਗ ਗਲਤ, ਅੱਗੇ ਪੜ੍ਹੋ। ਅਫਸਾਨਾ ਖਾਨ ਦਾ ਗਾਣਾ ਜਾਂਦੀ ਵਾਰ ਦੀ ਸਪੈਲਿੰਗ ਵੇਖੋ, ਅਤੇ ਥੱਲੇ ਰਿਲੀਜ਼ ਦੇ ਸਪੈਲਿੰਗ ਵੇਖੋ। ਅੰਨੀ ਦਿਆ, ਆਹ ਹੁੰਦੇ ਰਿਲੀਜ਼ ਦੇ ਸਪੈਲਿੰਗ, ਅੱਗੇ ਵੇਖੋ। ਮੈਂ ਤੇਰੀ ਬੜੀ ਰਿਸਪੈਕਟ ਕਰਦਾ ਸੀ, ਪਰ ਮੈਨੂੰ ਹੁਣ ਤੁਹਾਡੀਆਂ ਕਰਤੂਤਾਂ ਦਾ ਹੁਣ ਪਤਾ ਲੱਗਣ ਡਿਆ। ਜਿਉਂ ਜਿਉਂ ਬੰਦਾ ਇੱਧਰ ਵੱਧ ਆਵੇ, ਆਹ ਸੁਣ ਕੇ ਪ੍ਰਸ਼ੰਸਕ ਬਹੁਤ ਖੁਸ਼ ਹੋਏ। ਆਹ ਸੁਣ ਕੇ ਕਿੰਨੀਆਂ ਗਲਤੀਆਂ ਸੁਣ ਕੇ ਨੰਨਾ ਦੀ ਜਗ੍ਹਾ 'ਤੇ ਨਾਣਾ ਪੈਂਦਾ, ਨਾਣਾ ਪੈਂਦਾ। ਉਹ ਸਾਲੇ ਤੂੰ ਹੈ ਕਿ ਡਾਂਗ ਕਿੱਥੇ ਗਈ ਮੇਰੀ? ਡਾਂਗ ਫੜਾਓ ਭੈਣ, ਡਾਂਗ ਕਿੱਥੇ ਵੇ? ਡਾਂਗ ਧੱਕਣੀ ਅੱਜ ਮੈਂ, ਬਾਅਦ 'ਚ ਲੈ ਕੇ ਨਾ ਮੈਂ ਡਾਂਗ। ਇੱਕ ਮਿੰਟ ਥੱਲੇ ਆ ਵੇਖੋ, ਬਹੁਤ ਖੁਸ਼ ਹੋਏ ਅਤੇ ਬਹੁਤ ਸਪੈਲਿੰਗ ਵੇਖੋ, ਬਹੁਤ ਦੇ ਸਪੈ ਚਿੱਤਣ ਕਰ ਯਾਦਵਿੰਦਰ, ਇੰਨੀ ਢੂਈ ਤੇਰੀ ਤੇ ਵਾਲ ਭੈਣ 'ਚ ਸੇਫਟੀ ਮਿਲਦੀ ਪੰਜਾਂ ਦੀ, ਭੈਣ ਉਹਦੇ ਨਾਲ ਸੇਫਟੀ ਢੂਈ ਤੋਂ ਵੱਲ ਆ। ਅੱਜ ਥੱਲੇ ਵੇਖ, ਅੱਗੇ ਪੜ੍ਹੋ। ਪਰ ਇਹ ਗਾਣੇ ਆ ਵੇਖੋ, ਆਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਯਾਦਵਿੰਦਰ ਕਰਫਿਊ। ਸਿੱਧਾ ਸਿੱਧਾ ਉਹ ਖੋਤੀ ਦੇ ਭੱਜਦਾ, ਫੜ ਕੇ ਰੱਖੋ, ਫੜ ਕੇ ਰੱਖੋ। ਚੁੱਪ ਕਰਫਿਊ, ਤੇਰਾ ਕਰਫਿਊ ਮੈਂ ਲਾਉਣਾ ਅੱਜ, ਮਾਤਾ ਪਿਤਾ ਦੇ ਆਸ਼ੀਰਵਾਦ, ਤੂੰ ਬਿਨਾਂ ਅਧੂਰਾ ਰਹੇਗਾ। ਅੱਛਾ ਠੀਕ, ਇਹ ਵੀ ਜਿਹੜਾ ਲਿਖਿਆ, ਪਰ ਇਹ ਉਹਦੇ ਵੀ ਸਪੈਲਿੰਗ ਗਲਤ, ਇਹ ਵੀ ਨਹੀਂ ਤਾਂ ਪੈਂਦਾ। ਅੱਗੇ ਪੜ੍ਹੇ ਹੁਣ, ਉਹ ਚਾਹੁੰਦੇ ਉਹਦੇ ਸਪੈਲਿੰਗ ਇੱਦਾਂ ਹੁੰਦੇ ਨੇ, ਇਕੱਲਾ ਉੜਾ ਵਾਹੀਦਾ, ਉੜਾ ਵਾਹੀਦਾ ਸਾਲਿਆ। ਮੈਂ ਕਹਿੰਦਾ ਵਾ ਮੇਰੀ ਡਾਂਗ ਡਾਂਗ ਕਿੱਥੇ ਗਈ ਹੈ? ਆਉਣ ਵਾਲੀ ਡਾਂਗ ਆਉਂਦੀ, ਡਾਂਗ ਵੀ ਆਉਂਦੀ ਥੋੜ੍ਹੇ ਚਿਰ ਤੱਕ ਨਾ, ਡਾਂਗ ਵੀ ਆਉਂਦੀ, ਲੈਣ ਗਏ ਨਾ ਬੰਦੇ ਥੱਲੂ। ਅੱਗੇ ਪੜ੍ਹੋ, ਇਹ ਗਾਣਾ ਉਹ ਵੇਖਿਆ, ਹੁਣ ਨਾਣਾ ਵਾਹਿਆ ਨਾ ਗਣੀ, ਹੁਣ ਕਾ ਤੂੰ ਨਾਣਾ ਵਾਹਿਆ। ਅਤੇ ਗਾਣੇ ਦੇ ਅੱਗੂ ਵੇਖੋ ਲਿਖ ਕੀ ਲਿਖਿਆ, ਇਹ ਸਪੈਲਿੰਗ ਇਹ ਇੱਦਾਂ ਦੇ ਹੁੰਦੇ ਨੇ, ਕੁਛ ਦੇਰ ਬਾਅਦ ਬਾਅਦ ਦੇ ਵੀ ਸਪੈਲਿੰਗ ਐਡ ਇਹਨਾਂ ਹੁੰਦਾ ਬਾਅਦ। ਅਤੇ ਅਸੀਂ ਜਾਂਦੀ ਵਾਰ, ਹੁਣ ਜਾਂਦੀ ਵਾਰ ਸਹੀ ਲਿਖਿਆ ਵੇਖ, ਦੀ ਰਿਲੀਜ਼ ਅਜੇ ਵੀ ਗਲਤ ਹੈ। ਅਤੇ ਉੱਤੇ ਵੇਖੋ ਕੀ ਲਿਖਿਆ, ਮਾਨਸਾ ਹਾਈ ਕੋਰਟ ਨੇ ਲਾਈ ਉਹਦੇ 'ਤੇ ਸਟੇ, ਹੈ ਨਾ, ਗਾਣੇ 'ਤੇ ਲਾਈ ਸਟੇ। ਉਹ ਸਟੇ ਨਹੀਂ ਹੁੰਦਾ, ਰੋਕ ਹੁੰਦਾ ਪੰਜਾਬੀ 'ਚ, ਪ੍ਰਤੀਬੰਧ ਲਗਾਇਆ। ਸਾਲੇ ਵੱਡੇ ਅੰਗਰੇਜ਼, ਵੱਡਾ ਅੰਗਰੇਜ਼ ਤੂੰ ਬਣਿਆ, ਕਰਫਿਊ ਆ, ਸਟੇ ਨਹੀਂ ਹੁੰਦਾ, ਪ੍ਰਤੀਬੰਧ ਹੁੰਦਾ। ਮਾਨ ਕੋਸ਼ ਲਿਆ ਕੇ ਪੜ੍ਹੋ ਸਾਰਾ ਟੱਬਰ, ਨਾਲੇ ਆਪਣੇ ਐਡੀਟਰ ਮਾਨ ਕੋਸ਼, ਡਿਕਸ਼ਨਰੀ ਹੁੰਦੀ ਹੈ ਜਿੱਦਾਂ ਇੰਗਲਿਸ਼ ਦੀ ਡਿਕਸ਼ਨਰੀ ਹੁੰਦੀ, ਉਹਦਾ ਪੰਜਾਬੀ ਦੀ ਡਿਕਸ਼ਨਰੀ ਵੀ ਹੈ ਵੇ, ਉਹਦਾ ਨਾਂ ਹੈ ਮਹਾਨ ਕੋਸ਼, ਤੂੰ ਵੀ ਪੜ੍ਹ ਤੇ ਆਪਣੇ ਨਾਲ ਦੇ ਨੂੰ ਵੀ ਪੜ੍ਹਾ। ਮੁੰਡਿਆਂ 'ਚ ਇੰਟਰਸਟ ਨਹੀਂ? ਨਹੀਂ, ਪਸੰਦ ਨਹੀਂ ਆਏ ਕਵੀ। ਤੇ ਤੁਹਾਡਾ ਵੀ? ਹਾਂਜੀ, ਇਹ ਪਸੰਦ ਨਹੀਂ।
ਇੰਸਟਾਗ੍ਰਾਮਰ ਟਿਕਟੋਕਰ ਤੇ ਵਲੌਗਰਾਂ ਤੇ ਗੰਦ ਪਾਇਆ ਹੀ ਪਾਇਆ ਸੀ। ਇੱਕ ਹੋਰ ਨਵੀਂ ਕੈਟਾਗਰੀ ਆ ਗਈ ਆ ਪੱਤਰਕਾਰ, ਖਾਸ ਕਰਕੇ ਜਿਹੜੀ ਕੁੜੀ ਇੰਟਰਵਿਊ ਲੈਂਦੀ ਹੈ। ਇਹਨੇ ਦੀਮੀ ਠਰੂ ਦੀ ਵੀ ਇੰਟਰਵਿਊ ਲਈ ਸੀ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਹੈ ਤੇ ਮੇਰੀ ਵਾਈਫ ਧੰਨਵਾਦ ਕਰਨਾ ਬਣਦਾ ਨਹੀਂ। ਆ ਬਿਲਕੁਲ ਇਹੀ ਜਿਹੜੀ ਜੜੇ ਖਾਣੇ ਦੇ ਬੈੱਡ ਤੇ ਜਾ ਕੇ ਚੜ ਜਾਂਦੀ ਵੀ ਅੰਨੀ ਹੈ, ਮੈਂ ਤੈਨੂੰ ਕੀ ਕਵਾਂ ਯਾਰ, ਤੂੰ ਧੀ ਧਿਆਣੀ ਮੇਰਾ ਨਹੀਂ ਦਿਲ ਗਾਲਾਂ ਕੱਢਦਾ, ਦਿਲ ਕਰਦਾ ਤੈਨੂੰ ਗਾਲਾਂ ਕੱਢਣ ਤੇ। ਇਹਦੇ ਵੀ ਤੂੰ ਬੈੱਡਰੂਮ ਤੇ ਜਾ ਕੇ ਚੜੀ ਵੇ, ਹੈਂ ਇਹਦੇ ਵੀ ਤੂੰ ਬੈੱਡਰੂਮ ਤੇ ਜਾ ਕੇ ਬੈਠੀ ਵੀ ਦੀ ਮਠਰੂ ਦੇ ਵੀ, ਹੈਂ ਇਹ ਦੋ ਹੋ ਗਏ, ਆ ਤੀਜਾ ਆ, ਇਹਨਾਂ ਦੇ ਵੀ ਤੂੰ ਬੈੱਡਰੂਮ ਦੀ ਬੜੀ ਬੈੱਡ ਤੇ ਜਾ ਕੇ ਚੈੱਕ ਕੀ ਕਰਦੀ ਤੂੰ ਉਹਨਾਂ ਦੇ, ਬਲਕਿ ਕੰਫਰਟੇਬਲ ਹੈ ਗੱਦਾ ਸਹੀ, ਆਵਾਜ਼ ਤੇ ਨਹੀਂ ਕਰਦਾ ਕਿਹਦੇ ਬੈੱਡਰੂਮ ਚ ਨਹੀਂ ਵੜੀਦਾ, ਤੈਨੂੰ ਕਿਸੇ ਨੇ ਅਕਲ ਨਹੀਂ ਸਿਖਾਈ, ਖੜੇ ਹੋ ਕੇ ਫੌਰਨ ਯਹਾਂ ਸੇ ਚਲੇ ਜਾਈਏ। ਆਪਕੋ ਲਗਤਾ ਆਪ ਯਹਾਂ ਕੁਛ ਵੀ ਬਕਵਾਸ ਕਰਤੇ ਰਹੇਂਗੇ ਔਰ ਮੈਂ ਆਪਕੋ ਯਹਾਂ ਬੈਠ ਕੇ ਸੁਣਤੀ ਰਹੂੰਗੀ। ਕਿਹਦੇ ਕੋ ਤੂੰ ਆ ਡਿਗਰੀ ਕੀਤੀ ਰਿਪੋਰਟਰ ਦੀ, ਤੈਨੂੰ ਦੱਸਿਆ ਨਹੀਂ ਕਹਿੰਦਾ ਪ੍ਰਾਈਵੇਸੀ ਕੀ ਹੁੰਦੀ, ਆ ਇੰਟਰਵਿਊ ਵੇਖ ਕਿਹਨਾਂ ਦੀ ਕਰਦੀ, ਤੈਨੂੰ ਤੁਸੀਂ ਜਾਣਦੇ ਅੱਜ ਦੀ ਇੰਟਰਵਿਊ ਹੋ ਰਹੀ, ਜਾਣਦੇ ਇਹਨੂੰ ਪਤਾ ਨਹੀਂ ਯਾਰ ਕਿੰਨਾ ਕਿੰਨਾ ਦੀ ਕਿਹਨੂੰ ਕਿਹਨੂੰ ਪਤਾ ਕਿੱਥੋਂ ਕਿਹੜੇ ਗੁੱਠਾਂ ਚੋਂ ਭੈਣ ਚੋਂ ਕੱਢ ਕੇ ਲਿਆਂਦੀ, ਆ ਵੇਖੋ ਇਹਦੀ ਵੀ ਇੰਟਰਵਿਊ ਲਈ ਆ ਜਰਨੇਟਰ ਦੀ। ਤੁੰਬਾ ਕਰ ਢੋਈ ਕਰ ਸਾਲਿਆ, ਤੁੰਬਾ ਤੇਰੀ ਤੇਰੀ ਗਾਂ 'ਚ ਤੁੰਬਾ ਦੇਵਾਂ, ਆਰਾਮ ਆਰਾਮ ਦਿਆ ਤੇਰੀ ਗਾਂ 'ਚ ਤੁੰਬਾ ਦੇਵਾਂ, ਭੈਣ ਚੋਦਾਰੇ ਗੰਦ ਪਾਇਆ ਸਾਲੇ, ਆਹ ਟਿਕਟੋਕਰ ਤੇ ਹੈ ਹੀ ਹੈ, ਰਿਪੋਰਟਰ ਵੀ ਆ ਗਏ ਨੇ। ਉਹ ਯਾਰ ਕੁੜੀਏ ਕੋਈ ਅਕਲ ਨੂੰ ਹੱਥ ਮਾਰ, ਇਹਦੇ ਚੈਨਲ 'ਤੇ ਜਾਇਓ ਯਾਰ, ਕਿਸੇ ਟਿਕਟੋਕਰ ਇੰਸਟਾਗ੍ਰਾਮਰ ਤੋਂ ਇਲਾਵਾ ਇਹਨੇ ਕਿਸੇ ਚੱਜ ਦੇ ਬੰਦੇ ਦੀ ਇੰਟਰਵਿਊ ਲਿੱਤੀ ਹੋਵੇ ਤਾਂ ਮੇਰਾ ਨਾਮ ਹਟਾ ਦਿਓ, ਸਿਰਫ ਇੱਕ ਦੋ ਇੰਟਰਵਿਊ ਕੀਤੀਆਂ ਨੇ ਚੱਜ ਦੀਆਂ। ਉਹ ਅਕਲ ਨੂੰ ਹੱਥ ਮਾਰ, ਉਹ ਕੁੜੀਏ ਅਕਲ ਨੂੰ ਹੱਥ ਮਾਰ, ਤੂੰ ਕਲੰਕੇ ਪੱਤਰਕਾਰੀ ਦੇ ਪੱਤਰਕਾਰਾਂ ਦੇ ਨਾਂ ਦੇ ਉੱਤੇ ਕਿ ਮੀਡੀਆ ਆਪਣਾ ਕੰਮ ਕਰਤਾ, ਅਗਰ ਆਪ ਆਪਣਾ ਕੰਮ ਕਾਇਦੇ ਸੇ ਨਹੀਂ ਕਰਤੇ ਤੋ ਮੀਡੀਆ ਪੇ ਬਲੇਮ ਕਰਤੇ। ਉਹ ਬੈ ਜਾ ਟਕਿਆ ਰਿਹਾ, ਬਲੇਮ ਕਰਤੇ ਅੱਡਾ ਤੇ ਉਛਲ ਉਛਲ ਕੇ ਪੈਣ ਲੱਗਿਆ, ਆਹ ਪ੍ਰੋ ਪੰਜਾਬ ਦੀ ਖਬਰ ਵੇਖੀ, ਹੁਣ ਤੁਹਾਨੂੰ ਮੈਂ ਦੁਬਾਰਾ ਫਿਰ ਪਜਾਉ, ਪ੍ਰੋ ਪੰਜਾਬ ਦੇ ਅੱਜ ਮੈਂ ਅੜਿੱਕੇ ਮੇਰੇ ਹੱਥ ਆਇਆ ਵੇ ਇਹਨਾਂ ਦੀ, ਮੈਂ ਤੁਹਾਨੂੰ ਦੱਸਾਂ ਆਹ ਖਬਰ ਵੇਖਿਓ, ਸਿੱਧੂ ਮੂਸੇਵਾਲੇ ਦੀ ਕੋਠੀ 'ਚ ਭੁੱਬਾ ਮਾਰ ਰੋਈ ਜਰਮਨ ਲੇਡੀ। ਹੁਣ ਤੁਹਾਨੂੰ ਇਹ ਟਾਈਟਲ ਤੂੰ ਕੀ ਲੱਗਦਾ ਪਿਆ ਵੀ ਕੋਈ ਗੋਰੀ ਹੈ ਸਿੱਧੂ ਮੂਸੇਵਾਲੇ ਦੀ ਕੋਠੀ 'ਤੇ ਆਈ ਤੇ ਭੁੱਬਾ ਮਾਰ ਰੋਈ, ਅਤੇ ਉਤੋਂ ਪਤਾ ਜਦੋਂ ਖਬਰਾਂ ਸਟਾਰਟ ਹੋਣ, ਖਬਰਾਂ ਹਮੇਸ਼ਾ ਦੋ ਤਿੰਨ ਮਿੰਟ ਬਾਅਦ ਸਟਾਰਟ ਹੁੰਦੀਆਂ ਨੇ, ਪਹਿਲਾਂ ਪਤਾ ਟੁੱਟਵੀਆਂ ਉਹ ਸੁਣਾਉਂਦੇ ਨੇ ਹੈ ਨਾ, ਝਲਕੀਆਂ ਜੀ ਆ, ਜਿੱਦਾਂ ਆਹ ਵੇਖਿਓ ਸੁਣਦੇ ਸੀ ਸਿੱਧੂ ਦੇ ਗਾਣੇ ਕਿੱਦਾਂ ਦੇ ਲੱਗਦੇ ਸੀ ਕੀ ਗਾਣਾ ਹੁਣ ਇੰਨੀ ਕੁ ਕਲਿੱਪ ਤੂੰ ਇਹੀ ਲੱਗਦਾ ਨਾ, ਕਿਉਂਕਿ ਜਿਹੜੀ ਕੋਈ ਗੋਰੀ ਹੈ ਇੰਡੀਅਨ ਮੁੰਡੇ ਕਿਸੇ ਨਾਲ ਵਿਆਹੀ ਹੋਣੀ, ਇੰਨੀ ਕੁ ਪੰਜਾਬੀ ਤਾਂ ਹਰ ਇੱਕ ਗੋਰੀ ਨੂੰ ਮਾੜੀ ਮੋਟੀ ਆਉਂਦੀ, ਕੀ ਹਾਲ ਚਾਲ ਕੀ ਕਰਨਾ ਹੈ ਪੰਜਾਬ ਹੈ ਨਾ, ਤੇ ਇੱਥੋਂ ਇਹੀ ਲੱਗਦਾ ਨਾ ਵੀ ਇਹ ਗੋਰੀ ਹੈ। ਸੁਣਦੇ ਸੀ ਸਿੱਧੂ ਦੇ ਗਾਣੇ ਕਿੱਦਾਂ ਦੇ ਲੱਗਦੇ ਸੀ ਕੀ ਗਾਣਾ ਵੈਰੀ ਨਾਈਸ ਇੱਥੋਂ ਇੱਦਾਂ ਪਤਾ ਲੱਗ ਰਿਹਾ ਨਾ ਵੀ ਇਹ ਜਰਮਨ ਦੀ ਹੈ, ਹੁਣ ਹਕੀਕਤ ਵੇਖਿਓ ਕੀ ਨਾਮ ਹੈ ਰਾਜਵੀਰ, ਅਜੇ ਵੀ ਨਹੀਂ ਆਪਣਾ ਅਸਲੀ ਨਾਂ ਦੱਸਿਆ, ਰਾਜਵੀਰ ਕੌਰ ਤੂੰ ਪੱਕੀ ਕੋਲ ਰੱਜੀ ਰੁੱਜੀ ਹੈ ਰਾਜਵੀਰ ਕੌਰ, ਅਸਾ ਆਏ ਵੇਖੀ ਪਿੱਛੋਂ ਕਿੱਥੇ ਦੇ ਨੇ ਵੇਖਿਓ, ਇਹਦੇ ਘਰ ਵਾਲੇ ਨੇ ਹੁਣ ਦੱਸਣਾ ਸਹੀ, ਕਿੱਥੋਂ ਆਏ ਹੋ, ਕਿਹੜੀ ਜਗ੍ਹਾ ਤੋਂ? ਜਰਮਨ ਤੋਂ ਆਏ, ਵੈਸੇ ਤੇ ਫਗਵਾੜੇ ਸ਼ਹਿਰ ਤੋਂ। ਫਗਵਾੜੇ ਦੇ ਨੇ ਤੇ ਥੰਬਨੇਲ ਵੇਖੋ ਕਿੱਦਾਂ ਬਣਾਇਆ, ਸਿੱਧੂ ਮੂਸੇਵਾਲੇ ਦੀ ਕੋਠੀ 'ਚ ਭੁੱਬਾ ਮਾਰ ਰੋਈ ਜਰਮਨ ਲੇਡੀ, ਤੇ ਉਹਦਾ ਘਰ ਵਾਲਾ ਵੀ ਆਇਆ ਨਾਲ, ਤੁਸੀਂ ਇਹ ਕਿਉਂ ਨਹੀਂ ਲਿਖਿਆ ਵੀ ਸਿੱਧੂ ਮੂਸੇਵਾਲੇ ਦੀ ਕੋਠੀ 'ਚ ਭੁੱਬਾ ਮਾਰ ਰੋਇਆ ਮਿਸਟਰ ਸਿੰਘ ਜਾਂ ਮਿਸਟਰ ਜਰਮਨ ਤੋਂ ਆਇਆ, ਹੈ ਤੇ ਇਹਨਾਂ ਨੂੰ ਵੀ ਫੁੱਦੂਆਂ ਨੂੰ ਪਤਾ ਵੀ ਲੋਕੀ ਜਨਾਨੀਆਂ ਨੂੰ ਵੇਖਦੇ ਨੇ, ਲੋ ਆਹ ਜਾਦਵਿੰਦਰ ਨੂੰ ਇੱਧਰ ਭੇਜੋ ਜੀ, ਇਹਦੇ ਚਿਤੜਾ 'ਚ ਡਾਂਗ ਦੇਈਏ ਸਿੱਧਾ ਪੁੱਠਾ ਮੁੱਦਾ ਕਰਨ ਨੂੰ, ਤੂੰ ਸਮਝਾਉਂਦਾ ਕਿਉਂ ਨਹੀਂ ਆਹ ਫੁੱਦੂ ਪੱਤਰਕਾਰ, ਜਾਦਵਿੰਦਰ ਸਾਹਿਬ ਤੁਸੀਂ ਸੀਨੀਅਰ ਪੱਤਰਕਾਰ ਹੋ, ਤੁਸੀਂ ਸਮਝਾਉਂਦੇ ਕਿਉਂ ਨਹੀਂ ਆਹ ਫੁੱਦੂ ਪੱਤਰਕਾਰਾਂ ਨੂੰ ਜਿਹੜੇ ਲੋਕਾਂ ਦੇ ਬੈੱਡਰੂਮ 'ਚ ਜਾ ਕੇ ਚੜ੍ਹ ਜਾਂਦੇ ਨੇ, ਜਿਹੜੇ ਇੱਦਾਂ ਦੇ ਫੁੱਦੂਆਂ ਦੀ ਇੰਟਰਵਿਊ ਲੈਂਦੇ, ਇਹਨਾਂ ਨੇ ਕੀਤਾ ਕੀ ਸਾਲਿਆ ਮੇਰੇ ਵਾਲੇ, ਕੀ ਕੀਤਾ ਇਹਨਾਂ ਨੇ, ਇੰਨੇ ਕੀ ਕੀਤਾ ਤੇਰਾ ਤੁੰਬਾ ਇਹਦੇ ਭੈਣ ਚੋ, ਇਹਨੂੰ ਕਰੋ ਮੁੱਦਾ ਕਰੋ, ਮਿਟ ਪਾਓ ਪਾਣੀ ਪਾਓ, ਦਰਦੂ ਆ ਨਹੀਂ, ਮਜ਼ਾ ਆਇਆ ਇੰਜੋਏ, ਕਰਨ ਨੂੰ ਕੀ ਨਹੀਂ ਆਪਾਂ ਸਾਰਾ ਕੁਛ ਹੀ ਕਰ ਸਕਨੇ ਆ। ਹੁਣ ਦੇਖੋ ਜੇ ਆਪਾਂ ਰੋਟੀ ਪਕਾ ਕੇ ਅੱਗੇ ਰੱਖੀਏ ਤੇ ਜੇ ਆਪਾਂ ਹਿੰਮਤ ਨਾ ਕਰਾਂਗੇ ਬੁਰਕੀ ਤੋੜ ਕੇ ਮੂੰਹ 'ਚੋਂ, ਰੱਬ ਨੇ ਥੋੜ੍ਹੀ ਪਾਣੀ ਤੋੜਨੀ ਤੇ ਆਪੇ ਹੀ ਪੈਣੀ ਹੈ, ਜੇ ਮਿਹਨਤ ਕਰਾਂਗੇ ਨਾ ਤਾਂ ਸਾਨੂੰ ਜ਼ਰੂਰ ਮਿਹਨਤ ਦਾ ਫਲ ਮਿਲਦਾ। ਹਾਂ ਸਕੂਨ ਆ ਗਿਆ, ਬੜੇ ਦਿਨਾਂ ਬਾਅਦ ਕੋਈ ਚੱਜ ਦੀ ਇੰਟਰਵਿਊ ਵੇਖੋ ਉਹਨੂੰ ਮਿਲੀ, ਇੱਦਾਂ ਦੀਆਂ ਭੈਣਾਂ ਦੀ ਇੰਟਰਵਿਊ ਕਰੋ, ਆਹ ਭੈਣ ਐਂਬੂਲੈਂਸ ਚਲਾਉਂਦੀ, ਇੰਡੀਆ ਦੀ ਪਹਿਲੀ ਲੇਡੀ ਐਂਬੂਲੈਂਸ ਡਰਾਈਵਰ, ਇਹਦੀ ਇੰਟਰਵਿਊ ਕਰਾ, ਇਹ ਅਸੀਂ ਤਾਂ ਯਾਰ ਇੰਟਰਵਿਊ ਵੇ ਵੇ ਕੇ ਆ ਪਾਗਲਾਂ ਜਿੰਨੀ ਪਾਗਲ ਹੋ ਗਏ ਸੀ, ਲੋਕ ਸਿਰਫ ਮੇਰੀ ਮਜ਼ਾਕ ਹੀ ਡਾ ਸਕਦੇ ਆ, ਤੁਸੀਂ ਮਜ਼ਾਕ ਡਾਣ ਵਾਲੇ ਕੰਮ ਹੀ ਨਾ ਕਰ, ਤੇਰੀ ਵੀਡੀਓ ਤੇ ਛਾਤੀ ਤੋਂ ਸ਼ੁਰੂ ਹੁੰਦੀ ਤੇ ਛਾਤੀ ਤੇ ਤੇਰੀ ਤੇ ਖਤਮ ਹੋ ਜਾਂਦੀ, ਹੋਰ ਤੂੰ ਭਾਲਦੀ ਕੀ ਇੱਜ਼ਤ, ਤੈਨੂੰ ਕਿੱਥੋਂ ਲੋਕ ਇੱਜ਼ਤ ਦੇਣ, ਖੂਹ 'ਚ ਜਿੱਦਾਂ ਦੀ ਆਵਾਜ਼ ਮਾਰੋ ਅੱਗੋਂ ਬੈਕ ਉੱਦਾਂ ਦੀ ਆਵਾਜ਼ ਆਉਂਦੀ ਹੈ, ਖੋਤੇ ਦੀ ਆਹਦੀਆਂ ਰੀਲਾਂ ਵੇਖੋ, ਰੀਲ ਬਣਾਉਣ ਲੱਗੀ ਤੇ ਪੂਰਾ ਟ੍ਰੈਫਿਕ ਜਾਮ ਕਰ ਛੱਡਦੀ, ਝੂਠ ਬੋਲਦੀ, ਮੈਂ ਤੇਰੀ ਪ੍ਰੋਫਾਈਲ 'ਤੇ ਜਾ ਕੇ ਵੇਖੀ ਇੰਸਟਾਗ੍ਰਾਮ 'ਤੇ, ਖੁਸ਼ਪ੍ਰੀਤ ਕੌਰ ਮਾਨ ਹੀ ਨਾ ਤੇਰਾ ਨਾਂ,
21 अक्तूबर 2005 ਦੇ ਵਿੱਚ ਤੂੰ ਪੈਦਾ ਹੋਈ ਤੇ ਤੂੰ ਕਿੱਥੋਂ 18 ਸਾਲਾਂ ਦੀ ਹੋ ਗਈ ਤੇਰੇ ਤੇ ਪਰਚਾ ਕਿਤੇ ਮੰਮੀ ਦੇ ਢਿੱਡ 'ਚ ਤਾਂ ਨਹੀਂ ਹੋ ਗਿਆ ਸੀ ਕਸੀ ਅਪਮਾਨ ਜਨ ਬਾਤੇ ਕਰਾ ਲੋਕਾਂ ਇਹ ਮੈਂ ਕੀ ਕਿਹਾ ਮੈਂ ਤਾਂ ਵੈਸੇ ਕਿਹਾ ਵੀ ਮੰਮੀ ਸਾਰੇ ਢਿੱਡ 'ਚ ਹੀ ਪੈਦਾ ਹੁੰਦੇ ਨੇ ਉਹ ਤੂੰ ਕਿੱਥੋਂ ਨਿਕਲਿਆ ਖੋਤੀ ਦੇ ਬੱਚਿਆ ਚੱਲ ਵੈਸੇ ਇਹ 18 ਸਾਲਾਂ ਦੀ ਹੋਈ ਨਹੀਂ ਹੈ ਨਾ ਤੇ ਬੱਚਿਆਂ ਨੂੰ ਮੈਂ ਰੋਸਟ ਕਰਦਾ ਨਹੀਂ ਇਸ ਕਰਕੇ ਜਾ ਖੁਸ਼ਪ੍ਰੀਤ ਜੀਵੇ ਆਪਣੀ ਜ਼ਿੰਦਗੀ ਤੈਨੂੰ ਦਿਲ ਨਾਲ ਸਦਾ ਲਾ ਕੇ ਰੱਖੂੰਗਾ ਮੈਨੂੰ ਨਾ ਦਿਲ ਨਾਲ ਲਾ ਕੇ ਰੱਖੀ ਦਿਲ ਨਾਲ ਲਾ ਕੇ ਰੱਖ ਆਪਣੇ ਭਰਾ ਨੂੰ ਜਿਹਦੇ ਨਾਲ ਰੀਲਾ ਬਣਾਉਣੀ ਹੈ ਵੇਖ ਵਿਚਾਰੇ ਨੂੰ ਪਿੱਛੇ ਕਿੱਦਾਂ ਟੰਗਿਆ ਜਿੱਦਾਂ ਦੋਧੀ ਨੇ ਦੁੱਧ ਨਹੀਂ ਟੰਗਿਆ ਹੁੰਦਾ ਕੋਈ ਹੈਲਮੇਟ ਨਹੀਂ ਉਹ ਤੁਹਾਡੇ ਘਰ ਤੇਰਾ ਮਾਂ ਬਾਪ ਵੀ ਨਹੀਂ ਸਮਝਾਉਣ ਵਾਲਾ ਵੀ ਪੁੱਤਰ ਹੈਲਮੇਟ ਪਾਓ ਦੋਨੇ ਜੀ ਨੇ ਕੋਈ ਰਾਹ 'ਚ ਰੋੜ ਆ ਕੋਈ ਸਪੀਡ ਬ੍ਰੇਕਰ ਕੋਈ ਵੱਟਾ ਆ ਜੇ ਕੋਈ ਐਸੀ ਜਗ੍ਹਾ ਤੇ ਤੁਹਾਡੀ ਸੱਟ ਲੱਗ ਜੇ ਫਿਰ ਲੱਲੀ ਫੇਮ ਕਮਾਲੀ ਫਿਰ ਪੈਸੇ ਲੱਲੀ ਫੋਲੋਵਰ ਗਾਲਾਂ ਕੱਢਦੀ ਮੈਨੂੰ ਹੋਰ ਜ਼ਬਾਨ ਸੰਭਾਲ ਕੇ ਗੱਲ ਕਰ ਮੇਰੇ ਨਾਲ ਮੈਨੂੰ ਭੈਣ ਚੋਦੀ ਗੱਲ ਨਾ ਕੱਢੀ ਕੀ ਕਹਿ ਰਹੇ ਹੋ ਤਾਜਵੀਰ ਤੁਸੀਂ ਹਾਂਜੀ ਮੇਰੀ ਨਾ ਕੁਝ ਮੇਰੇ ਫਰੈਂਡਸ ਦੇ ਨਾਲ ਗੱਲ ਹੋ ਰਹੀ ਸੀਗੀ ਜਿਹੜੇ ਕਿ ਮੇਰੇ ਬਿਜ਼ਨਸ ਪਾਰਟਨਰ ਵੀ ਹੈਗੇ ਤੇਰਾ ਬਿਜ਼ਨਸ ਕਿਹੜਾ ਹੈਗਾ ਜਿਹੜਾ ਅਸੀਂ ਐਡਲਟ ਟੋਇਜ਼ ਦਾ ਡਿਸਟ੍ਰੀਬਿਊਸ਼ਨ ਬਿਜ਼ਨਸ ਸਟਾਰਟ ਕੀਤਾ ਹੈਗਾ ਅਡਲਟ ਟੋਇ ਬੱਚਿਆਂ ਦੇ ਟੋਇ ਤੇ ਸੁਣਿਆ ਇਹ ਅਡਲਟ ਟੋਇ ਕੀ ਹੁੰਦੇ ਨੇ ਇੱਕ ਵਾਰ ਗੂਗਲ ਤੇ ਸਰਚ ਮਾਰੀਏ ਗੂਗਲ ਅਡਲਟ ਟੋਇ ਇਹ ਸਭ ਕੀ ਦੇਖਣਾ ਪੜ ਰਿਹਾ ਹੈ ਅੱਛਾ ਹੈ ਮੈਂ ਅੰਧਾ ਹੂੰ ਭੈਣ ਜੋ ਇਹ ਕੀ ਨਿਕਲਿਆ ਗੰਦ ਮੁੰਦ ਇਹ ਵੇਚਦੀ ਤੂੰ ਇਹ ਵੇਚ ਸੱਚੀ ਗੱਲ ਇਹ ਵੇਚਦੀ ਤੇਰਾ ਉਹ ਤੇਰਾ ਬੰਦਾ ਨਹੀਂ ਹੈ ਤੂੰ ਬੰਦੇ ਨਾਲ ਨਹੀਂ ਸਬਰ ਆਉਂਦਾ ਜਿਹੜੇ ਤੂੰ ਆਹ ਗੰਦ ਮੁੰਦ ਰਬੜਾ ਨਹੀਂ ਲਈ ਜਿਹਨੇ ਵੀ ਪਲਾਸਟਿਕ ਦੇ ਇਹ ਹੁੰਦੇ ਇਹ ਹੁੰਦੇ ਡਾਇਰੈਕਟ ਵਾਏ ਕਿੰਨਾ ਕਮਾ ਲਾ ਨਹੀਂ ਮਹੀਨੇ ਦਾ ਸੋ ਇਸ ਵੀਕ ਦਾ ਰੈਵਨਿਊ ਜਿਹੜਾ ਆ 4 ਲੱਖ US ਡਾਲਰ ਦੇ ਅਰਾਊਂਡ ਹੋਇਆ ਵਾ ਸੋਰੀ ਕੀ ਕਿਹਾ ਕਿੰਨਾ ਹੋਇਆ ਵੀਕ ਦਾ ਫੇਕੋ ਆਪਣੀ ਪੂਰੀ ਸ਼ਕਤੀ ਕੇ ਸਾਥ ਫੇਕੋ ਇਸ ਵੀਕ ਦਾ ਰੈਵਨਿਊ ਜਿਹੜਾ ਆ 4 ਲੱਖ US ਡਾਲਰ ਦੇ ਅਰਾਊਂਡ ਹੋਇਆ ਵਾ ਕਿਉਂਕਿ ਸਾਰੀ ਕਰੰਸੀ ਜਿਹੜੀ ਫੈਨ ਪੇਜ ਤੇ ਆ ਉਹ US ਡਾਲਰ ਹੁੰਦੀ ਆ 4 ਲੱਖ US ਡਾਲਰ ਵੀਕ ਚ ਇੱਕ ਹਫਤੇ ਚ 4 ਲੱਖ ਡਾਲਰ ਕਮਾ ਲੈਣੇ ਇਹਨੇ ਮੈਂ ਕਿਹਾ ਕਰੂੰ ਫਿਰ ਜੌਬ ਛੋੜ ਦੂੰ ਪਤਾ ਨਹੀਂ ਕਿੰਨੇ ਤੇ ਲੱਖਾਂ ਰੁਪਏ ਬਣ ਗਏ ਨੇ ਝੂਠ ਬੋਲਦੀ ਸਾਲੀ ਬੈਠੀ ਅਜੇ ਵੀ ਭੈਣ ਚ ਬੇਸਮੈਂਟ ਚ ਝੂਠ ਬੋਲਦੀ ਸਾਲੀ ਇਹ ਮੰਗਤੇ ਦੀ ਭੈਣ ਦੂਜੀ ਉਹ ਵੀ ਕਹਿੰਦਾ ਪਿਆ ਸੀ ਮੈਂ ਇੰਡੀਆ ਚੱਲ ਗਿਆ ਮੈਂ ਨਵਾਂ ਘਰ ਲੈ ਲਿਆ ਸਾਲਾ ਵਾਪਸ ਇੰਡੀਆ ਤੂੰ ਆਇਆ ਤੇ ਫਿਰ ਕਿਰਾਏ ਦਾ ਮਕਾਨ ਲੱਭਦਾ ਫਿਰਦਾ ਫੇਕੋ ਆਪਣੀ ਪੂਰੀ ਸ਼ਕਤੀ ਕੇ ਸਾਥ ਫੇਕੋ ਇਹੀ ਪਿਛਲੇ ਸਾਲ ਸੋਚਦਾ ਤਾਂ ਜਿਹੜਾ ਮੈਂ ਘਰ 4 ਲੱਖ ਦਾ ਡਾਲਰ ਦਾ ਲਿਆ ਸੀਗਾ ਆ ਹੁਣ ਇਸ ਟਾਈਮ ਉਹਦੇ ਨਾਲ ਦਾ ਘਰ 5 ਲੱਖ ਡਾਲਰ ਦਾ ਵਿਕਿਆ ਵਾ ਤੁਹਾਨੂੰ ਮੈਂ ਕੀ ਕਿਹਾ ਇਹ ਤਾਜਵੀਰ ਦੇ ਭਰਾ ਵੇ ਇਹਨਾਂ ਸਾਰੇ ਦੀ ਤੂੰ 4 ਲੱਖ ਦੇ ਜੜੀ ਏ ਮੈਂ 4 ਲੱਖ ਦਾ ਜਿਹੜਾ 4 ਲੱਖ ਦਾ ਘਰ ਲਿਆ ਉਹ ਤੇਰਾ ਹੈ ਨਾ ਕਿਉਂ ਫਿਰ ਮੂਵਿੰਗ ਕਰਦਾ ਫਿਰਦਾ ਅੱਜ ਅਸੀਂ ਮੂਵਿੰਗ ਕਰਨੀ ਆ ਬ੍ਰੈਂਪਟਨ ਤੋਂ ਸਾਨੂੰ ਤੁਰਿਆਂ ਨੂੰ ਘੰਟਾ ਕੁ ਹੋ ਗਿਆ ਮੂਵਿੰਗ ਕਿਉਂ ਕਰਨੀ ਮੰਗਤ ਸਾਹਿਬ ਜਿਸ ਬੰਦੇ ਦੇ ਘਰ 2-2 ਕੈਨੇਡਾ ਵਿੱਚ ਹੋਣੋ ਮੂਵਿੰਗ ਕਿਉਂ ਕਰਦਾ ਵੇ ਸੜੀ ਕੇ ਅਬ ਤੋ ਸੱਚ ਬੋਲਦੇ ਭੋਸੜੀ ਕੇ ਪਹੁੰਚ ਤੋਂ ਵੱਧ ਕੇ ਕਦੇ ਚੀਜ਼ ਨਾ ਲੋ ਬਿਲਕੁਲ ਆ ਗੱਲ ਕੀਤੀ ਨਾ ਮੰਗਤੇ ਮੇਰੇ ਭਰਾ ਨੇ ਗੱਲ ਸਹੀ ਬਿਲਕੁਲ ਮੰਗਤ ਸਾਹਿਬ ਨੇ ਗੱਲ ਸਹੀ ਕੀਤੀ ਵੀ ਪਹੁੰਚ ਤੋਂ ਵੱਧ ਕੇ ਕਦੇ ਚੀਜ਼ ਨਾ ਲੋ ਮੰਗਤ ਸਾਹਿਬ ਜਦੋਂ ਕੈਨੇਡਾ 'ਚ ਆਇਆ ਨਾ ਨਵਾਂ ਤੇ ਇਹਨਾਂ ਨੇ ਵੀ ਪਹੁੰਚ ਤੋਂ ਵੱਧ ਕੇ 2 ਚੀਜ਼ਾਂ ਲੈ ਲਈਆਂ ਪਹਿਲੀ ਤੇ ਮਿਸਟੈਂਗ ਲਈ ਨਾਲ ਤੁਰਿਆ ਇੱਦਾਂ ਜਿੱਦਾਂ ਪਿਓ ਦੀ ਹੁੰਦੀ ਹੈ ਵੇਖ ਲਓ ਇਹ ਹਾਲ ਹੈ ਫੁਕਰੀਆਂ ਦੇ ਆਪੇ ਫਿਰ 2 ਸਾਲਾਂ ਬਾਅਦ ਵੇਚਣ ਵੀ ਲੱਗ ਪਿਆ 75,000 ਗੱਡੀ ਚੱਲੀ ਆ ਨਵੀਂ ਸਰਵਿਸ ਕਰਾਈ ਆ ਗੱਡੀ ਦੀ ਔਰ ਉਹਨਾਂ ਨੇ ਲਿਖ ਕੇ ਦਿੱਤਾ ਭੈਚ ਦੇ ਹਾਲ ਤੇ ਨਿੱਕੂ ਨਾਲ ਵੀ ਮਾੜੇ ਨੇ ਕਰੋ ਪੰਜਾਬੀ ਹੋਏ ਦੀ ਹੈਲਪ ਯਾਰ ਸੋ ਜੇ ਤੁਸੀਂ ਕਿਸੇ ਨੇ ਸਾਨੂੰ ਗਿਫਟ ਕਰਨਾ ਘਰ ਗਿਫਟ ਕਰਨਾ ਘਰ ਤੇ ਮੇਰੇ ਕੋਲ ਨਹੀਂ ਹੈ ਮੰਗਤਾ ਸਾਹਿਬ ਜੁੱਤੀ ਹੈ ਇਹ ਖਾ ਲਓ ਤੁਹਾਡੀ ਮੰਗਣ ਦੀ ਆਦਤ ਨਹੀਂ ਕਿ ਸਾਰੇ ਟੱਬਰ ਦੀ ਘਰ ਗਿਫਟ ਕਰ ਦਿਓ ਆਹ ਗਿਫਟ ਕਰ ਦਿਓ ਉਹ ਗਿਫਟ ਕਰ ਦਿਓ ਕੋਈ ਨਹੀਂ ਕਰਦੇ ਤੁਹਾਨੂੰ ਗਿਫਟ ਤੇ ਉਹ ਸੱਚ ਉਹਦਾ ਕੀ ਬਣਿਆ ਜਿਹੜਾ ਤੇਰਾ 4 ਲੱਖ ਦਾ ਘਰ ਸੀ ਆਪਾਂ ਘਰ ਲਿਆ ਜੀ ਛੋਟਾ ਜਿਹਾ ਘਰ ਪੁਰਾਣਾ ਘਰ ਹੈ ਥੋੜ੍ਹਾ ਜਿਹਾ ਪਰ ਛੱਤ ਜ਼ਰੂਰੀ ਸੀਗੀ ਹੁਣ ਕੋਈ ਵੀ ਰਿਸ਼ਤੇਦਾਰ ਆਉਂਦਾ ਆਪਣੇ ਮੰਮੀ ਡੈਡੀ ਆਉਂਦੇ ਆਪਣਾ ਘਰ ਹੋਣਾ ਜ਼ਰੂਰੀ ਆ ਘਰ ਲੈਣ ਦੇ ਵਿੱਚ ਇੱਕ ਤਰ੍ਹਾਂ ਦਾ ਭੂਆ ਜੀ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਉਹਨਾਂ ਦੇ ਘਰੇ ਗਿਆ ਉਹਨਾਂ ਦੀ ਰੋਟੀ ਮੇਰੀ ਭੂਆ ਦੀ ਸਭ ਤੋਂ ਸਵਾਦ ਆ ਮੇਰੀ ਮੰਮੀ ਦਾ ਵੀ ਸਵਾਦ ਆ ਸਾਰੀਆਂ ਮਾਸੀਆਂ ਤੋਂ ਸਾਰੇ ਦੋਸਤਾਂ ਦੀ ਮੰਮੀਆਂ ਤੋਂ ਸਾਰੇ ਹੋਟਲਾਂ ਤੋਂ ਭੂਆ ਦੇ ਮਤਲਬ ਭੂਆ ਦੇ ਹੱਥ 'ਚ ਵਰਦਾਨ ਹੀ ਆ ਆਪਣੇ ਲਾਨਤ ਹੈ ਤੇਰੇ ਪੇ ਇਕਬਾਲ ਕਾਦਰੀ ਲਾਨਤ ਹੈ ਅਬ ਤੋ ਅੱਲਾਹ ਕਾ ਨਾਮ ਵੀ ਆ ਗਿਆ ਜ਼ੁਬਾਨ ਪੇ ਅਬ ਤੋ ਸੱਚ ਬੋਲ ਦੇਖ ਤੂੰ ਕੁਛ ਵੀ ਕਰ ਲੈ ਤੂੰ ਬਚੇਗਾ ਨਹੀਂ ਕਬ ਤੱਕ ਜੀਏਗਾ ਝੂਠ ਕੀ ਜ਼ਿੰਦਗੀ ਅਸ ਤੱਕ ਫਿਰ ਅੱਲਾ ਤਾਂ ਸਮਝਾਓ ਚਾਚਾ ਜੀ ਨੂੰ ਫਰਕ ਨਹੀਂ ਪੈਣਾ ਛੱਡੋ ਤੁਸੀਂ ਇਹ ਝੂਠੇ ਨੇ ਭੈਣ ਜਦੋਂ ਕੋਈ ਕਹਿੰਦੀ 4 ਲੱਖ ਮੈਂ ਕਮਾ ਰਹੀ ਹਾਂ ਕੋਈ ਕਹਿੰਦਾ ਮੈਂ 4 ਲੱਖ ਦਾ ਹਾਊਸ ਲੈ ਰਿਹਾ ਇਹ ਜਿਹੜੇ 4-4 ਲੱਖ ਆ ਕੇ ਸੋਸ਼ਲ ਮੀਡੀਆ ਤੇ ਦੱਸਦੇ ਨਾ 4 ਲੱਖ ਲੈ ਲਿਆ ਮੈਂ 4 ਲੱਖ ਦਾ ਕਰ ਲਿਆ ਬੱਤੀ ਬਣਾਓ ਤੇ ਬੁੰਡਾ ਜਿਹਾ ਲੈ ਲਓ ਆਪਣੀ ਭੈਣ ਜਦੋਂ ਐਡੇ ਰਾਜੇ ਮਹਾਰਾਜੇ ਹੋ ਤਾਂ ਸੋਸ਼ਲ ਮੀਡੀਆ ਤੇ ਢੂਈ ਮਰਾਂਦੇ ਪਏ ਹੋ ਭੈਣ ਜਦੋਂ ਲੋਕਾਂ ਦੇ ਨਿਆਣੇ ਵਿਗਾੜਦੇ ਪਏ ਹੋ ਲੋ ਜੀ ਨਵੀਂ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਹੈ ਹੁਣ ਤੱਕ ਮੰਗਤੇ ਨੇ ਆਪਣੇ ਚੈਨਲ ਉੱਤੇ 5 ਐਸੇ ਵਲੋਗ ਪਾਏ ਨੇ ਇਹਨਾਂ 5 ਵਲੋਗਾਂ ਵਿੱਚ ਇਹਨੇ ਕਿਹਾ ਇਹ ਘਰ ਮੇਰੇ ਨੇ ਵੇਖ ਸਕਦੇ ਤੁਸੀਂ ਤੇ ਫਿਰ ਵੀ 5 ਘਰ ਤੇਰੇ ਨੇ
ਪੰਜਾਂ ਘਰਾਂ 'ਚ ਰਹਿੰਦਾ ਕਿਉਂ ਨਹੀਂ ਪਿਆ, ਫਿਰ ਵੀ ਤੂੰ ਕਿਰਾਏ ਦਾ ਘਰ ਲੱਭ ਰਹੇ ਹੈ, ਇਹਦਾ ਕੀ ਮਤਲਬ ਹੈ? ਯਾਰ ਭੈਣ ਚੋ ਸਾਰੇ ਮਿਲ ਕੇ ਹਮਕੋ ਪਾਗਲ ਬਣਾ ਰਹੇ ਮਾਦਰ ਚੋਤ ਕੇ ਬੱਚੇ। ਇਹਦੇ ਹਿਸਾਬ ਨਾਲ ਜਿਹੜੀ ਇਹਨੂੰ ਜਨਤਾ ਵੇਖਦੀ ਉਹ ਚੂਤੀ ਹੈ, ਉਹ ਫੁੱਦੂ ਨੇ, ਉਹ ਬੇਅਕਲੇ ਨੇ, ਕੋਈ ਗੱਲਾਂ ਨਹੀਂ ਨੋਟ ਕਰਦੇ ਵੀ ਤੂੰ ਤਾਂ ਸਾਲੇ ਸਾਲ ਪਹਿਲਾਂ ਵੀ ਘਰ ਲੈ ਲਿਆ ਸੀ, 6 ਮਹੀਨੇ ਪਹਿਲਾਂ ਵੀ ਘਰ ਲਿਆ ਸੀ, 8 ਮਹੀਨੇ ਪਹਿਲਾਂ ਵੀ ਘਰ ਲਿਆ ਸੀ, ਉਹ ਕਿੱਥੇ ਨੇ? ਫਿਰ ਆ ਜਾ ਕੇ ਤੂੰ ਬੁੰਡ ਬੁੰਡ ਕਿਰਾਏ ਵਾਲੇ ਮਕਾਨ 'ਚ ਪਾ ਮਰਾਨਾ ਪਿਆ, ਇਹਨੂੰ ਸਾਲੇ ਨੂੰ ਮੂਦਾ ਕਰੋ, ਇਹਦੀ ਢੂਈ ਚਿੱਟੀ ਕਾ ਲਾਈਏ ਮੰਗਤੇ ਦੀ। ਭੈਣ ਚੋਦ ਨੇ ਆਵਾਮ ਨੂੰ ਫੁੱਦੂ ਸਮਝੇ ਹੈ, ਭੈਣ ਚੋਦ ਦਫਾ ਹੋ ਜਾ, ਢੂਈ 'ਚ ਲੱਤ ਮਾਰ ਕੇ ਕੱਢੋ ਭੈਣ ਚੋਦ ਨੂੰ। ਮੈਂ ਯਾਦਵਿੰਦਰ ਨੂੰ ਗਾਲਾਂ ਕੱਢੀਆਂ ਨਾ, ਉਹਦੇ ਪਿੱਛੇ ਕਾਰਨ ਹੈ, ਇਸ ਕਰਕੇ ਕੋਈ ਭਰਾ ਨਾਰਾਜ਼ ਨਾ ਹੋਵੇ, ਕਿਉਂਕਿ ਪੰਜਾਬੀ ਯਾਰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਉਹੀ ਜੇ ਅਦਾਰੇ ਇੱਦਾਂ ਕਰਨਗੇ ਤਾਂ ਫਿਰ ਕੌਣ ਪੰਜਾਬੀ ਮਾਂ ਬੋਲੀ, ਇਹਨਾਂ ਦੀ ਜ਼ਿੰਮੇਵਾਰੀ ਨਾ ਸੇਵਾ ਕਰਨ ਦੀ, ਸਮਝੇ ਗੱਲ? ਅਤੇ ਵੈਸੇ ਤਾਂ ਮੈਂ ਕੁੜੀਆਂ ਨੂੰ ਗਾਲ ਕੱਢਦਾ ਨਹੀਂ, ਅਤੇ ਤਾਜਵੀਰ ਨੂੰ ਮੈਂ ਤਾਂ ਸਾਲੀ ਗਿਆ ਕਿਉਂਕਿ ਤੁਹਾਨੂੰ ਪਤਾ ਉਹ ਜਿਹੜਾ ਕੰਮ ਕਰ ਰਹੀ ਹੈ ਸੋਸ਼ਲ ਮੀਡੀਆ 'ਤੇ ਫੈਨ ਪੇਜ 'ਤੇ, ਉਹ ਕੋਈ ਛੋਟਾ ਮੋਟਾ ਕੰਮ ਨਹੀਂ, ਬਹੁਤ ਗੰਦਾ ਕੰਮ ਕਰ ਰਹੀ ਹੈ, ਆ ਕੇ ਆਪਣੀ ਕਮਾਈ ਦੱਸਦੀ, ਇਸ ਕਰਕੇ ਮੈਨੂੰ ਗਾਲ ਕੱਢੀ ਹੋਈ ਲਾ ਕੇ ਉਹ ਇਸ ਤੋਂ ਵੱਧ ਕੇ ਗੰਦੀਆਂ ਗੱਲਾਂ ਡਿਜ਼ਰਵ ਕਰਦੀ। ਅਤੇ ਇੱਕ ਮੈਂ ਨਾ ਛੋਟੀ ਜਿਹੀ ਗਲਤੀ ਇਹਦੀ ਵਿੱਚ ਰਿਲੀਜ਼ ਦੇ ਮੈਂ ਆਪੇ ਜਾਣ ਬੁੱਝ ਕੇ ਸਪੈਲਿੰਗ ਗਲਤ ਦੱਸੇ ਨੇ, ਉਹ ਇਸ ਕਰਕੇ ਕਿਉਂਕਿ ਕੋਸ਼ਨਾ ਵਿੱਚ ਆਪਣੇ ਮੇਰੇ ਭੈਣ ਭਰਾ ਨਹੀਂ ਜਿਹੜੇ ਸਬਸਕ੍ਰਾਈਬਰ ਸਾਡੇ, ਉਹ ਨਹੀਂ ਵਿੱਚ ਨਾ ਇੱਕ ਹੁੰਦੇ ਨੇ ਜਿਹੜੀ ਥੋੜ੍ਹੀ ਬੁੰਡ 'ਚ ਆ ਕੇ ਗੱਲ ਕਰਦੀ, ਮਾੜੀ ਗਲਤੀ ਲੱਭਦੇ ਰਹਿੰਦੇ ਨੇ, ਲੌਜਿਕ ਨਹੀਂ ਫੜਦੇ, ਮੈਂ ਆਪੇ ਦੱਸੇ ਨੇ ਸਪੈਲਿੰਗ ਨਾ ਰਿਲੀਜ਼, ਕਿਉਂਕਿ ਉਹ ਨਾ ਜਦੋਂ ਮੇਰੀ ਕੋਈ ਗਲਤੀ ਵੇਖਦੇ ਨਾ ਉਹ ਪੂਰੀ ਵੀਡੀਓ ਨਹੀਂ ਵੇਖਦੇ, ਉਹ ਭੱਜ ਕੇ ਨਾ ਉੱਥੇ ਹੀ ਆਉਂਦੇ ਨੇ ਕਮੈਂਟ 'ਚ ਕਰਨ ਲੱਗ ਪਾਉਂਦੇ ਨੇ, ਉਹ ਭਾਅ ਜੀ ਤੁਸੀਂ ਆ ਕਰਤਾ, ਭਾਅ ਜੀ ਨੇ ਲੋੜਾ ਕੀਤਾ ਪਹਿਲਾਂ ਕਮੈਂਟ ਵੇਖ ਲਿਆ ਕਰੋ, ਮੈਂ ਕਈ ਵਾਰੀ ਕਮੈਂਟ ਵੀ 'ਚ ਵੀ ਦੱਸਿਆ ਹੁੰਦਾ ਵੀ ਮੈਂ ਇਹ ਗਲਤੀ ਜਾਣ ਬੁੱਝ ਕੇ ਕੀਤੀ, ਕਮੈਂਟ ਨਾ ਕਰਿਓ, ਪਰ ਨਹੀਂ ਉਹ ਵੀ ਕਮੈਂਟ ਨਹੀਂ ਪੜ੍ਹਨਾ ਇਹਨਾਂ ਨੇ, ਜਾ ਕੇ ਸਿੱਧਾ ਕਮੈਂਟ ਜਾਣਾ, ਅਤੇ ਤਾਂ ਮੈਂ ਇਹ ਗਲਤੀ ਆਪੇ ਜਾਣ ਬੁੱਝ ਕੇ ਕੀਤੀ ਵੀ ਚੰਗੀ ਤਰ੍ਹਾਂ ਵੀਡੀਓ ਵੇਖੋ, ਉਹਦਾ ਲੌਜਿਕ ਸਮਝੋ, ਫਿਰ ਕਮੈਂਟ ਕਰੋ, ਫਿਰ ਕਹੋ ਵੀ ਆ ਗਲਤੀ ਰਿਲੀਜ਼, ਤਾਂ ਮੈਨੂੰ ਪਤਾ ਸਪੈਲਿੰਗ ਕੀ ਹੁੰਦੇ ਨੇ, ਜਾਣ ਬੁੱਝ ਕੇ ਮੈਂ ਕੀਤਾ। ਚੰਗਾ ਜੀ, ਮਿਲਦੇ ਕਿਸੇ ਅਗਲੀ ਵੀਡੀਓ 'ਚ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।